ਭਾਰਤ ਵਿੱਚ ਰੇਲ ਹਾਸਿਆਂ ਦੀ ਸੰਖਿਆ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਕਰਨਾਟਕ ਦੇ ਕਲਕਪੁਰ ਅਤੇ ਪਲਕੀ ਸਟੇਸ਼ਨਾਂ ਨੇੜੇ ਇੱਕ ਰੇਲ ਪਟਰੀ ਤੋਂ ਹੇਠਾਂ ਉਤਰ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦ ਔਰੰਗਾਬਾਦ ਹੈਦਰਾਬਾਦ ਪੈਸੈਂਜਰ ਟ੍ਰੇਨ ਅਚਾਨਕ ਪਟਰੀ ਤੋਂ ਉਤਰ ਗਈ। ਰੇਲ ਇੰਜਨ ਸਮੇਤ 3 ਕੋਚ ਪਟਰੀ ਤੋਂ ਹੇਠਾਂ ਲੈ ਗਏ। ਇਸ ਘਟਨਾ ਦੀ ਸ਼ੁਰੂਆਤੀ ਜਾਂਚ ਵਿੱਚ ਕਿਸੇ ਪ੍ਰਕਾਰ ਦੇ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ।